ਹੁਣੀ ਆਇਆ ਸੀ ਫੇਰ ਸ਼ੈੱਡ ਚ ਆ ਕੇ ਖੜ ਗਿਆ ਇੱਥੇ ਬਸ ਐ ਨੂੰ ਕਰ ਲਈਦਾ ਸ਼ੈੱਡ ਚ ਵੀ ਮੈਂ ਇੱਕ ਚੇ ਖੜਦਾ ਉਹ ਪਰਲੇ ਚ ਨਹੀਂ ਜਾਣਾ ਉਧਰ ਨਹੀਂ ਜਾਣਾ ਇਸੇ ਸ਼ੈੱਡ ਚ ਖੜਨਾ ਸ਼ੈੱਡ ਤੋਂ ਉੱਪਰਾਂ ਵੀ ਆਪਣੇ ਇਹ ਜਿਹੜੀ ਵੀਡੀਓ ਆ ਪਹਿਲਾਂ ਵੀ ਇਹਦੇ ਨਾਲ ਦੀ ਵੀਡੀਓ ਪਈ ਸੀ ਇਹ ਇੰਟਰਕਨੈਕਟਡ ਨੇ ਆਪਸ ਚ ਵੀਡੀਓ ਇਹ ਦੋ ਵੀਡੀਓ ਹੁਣ ਪੈਣਗੀਆਂ ਤਾਂ ਇਹ ਗੱਲ ਮਤਲਬ ਕਿ ਸਮਝ ਚ ਆਊਗੀ ਬਹੁਤ ਲੋਕ ਕਰੀ ਜਾਂਦੇ ਆ ਫਲਾਣਾ ਡੁਰਾ ਫਲਾਣਾ ਔਂ ਫਲਾਣਾ ਜੋਂ ਮਤਲਬ ਇੰਨੀਆਂ ਕੁ ਗੱਲਾਂ ਕਰਦੇ ਨੇ ਜਿਨ੍ਹਾਂ ਦਾ ਕੋਈ ਆਧਾਰ ਹੀ ਨਹੀਂ ਮੈਂ ਇਹ ਚ ਕਲੀਅਰ ਕਰਨਾ ਚਾਹੁੰਦਾ ਕਿ ਹਰ ਇੱਕ ਕਾਰ ਕੰਪਨੀ ਟਰੈਕਟਰ ਕੰਪਨੀ ਸਕੂਟਰ ਕੰਪਨੀ ਟੱਟੂ ਠੇਲਾ ਕੰਪਨੀ ਦਾ ਆਪਣਾ ਬੇਸ ਆ ਆਪਣਾ ਦਿਮਾਗ ਆ ਆਪਣੇ ਆਪਣੇ ਉਹਨਾਂ ਦੇ ਕਸਟਮਰ ਨੇ ਉਹ ਚੋਂ ਕਦੇ ਬਾਹਰ ਨਹੀਂ ਜਾਂਦੇ ਮਾੜਾ ਜਿਹਾ ਗੱਡੀਆਂ ਕਹਿੰਦੀ ਨੂੰ ਚਾਨਣਾ ਪਾ ਲਾ ਸਮਝ ਆ ਜੂ ਟੋਯੋਟਾ 200 ਸਾਲ ਦਾ ਇੰਜਣ ਤੇ ਗੇਅਰ ਬਣਾਉਣ ਦਾ ਐਕਸਪੀਰੀਅੰਸ ਮੋਸਟ ਰਿਲਾਇਬਲ ਕਾਰ ਇਨ ਦੀ ਵਰਲਡ ਮੋਸਟ ਸੈਲਿੰਗ ਮੋਸਟ ਰਿਲਾਇਬਲ ਕਿਉਂ ਹੈ ਉਹ ਕੰਮ ਰਿਲਾਇਬਿਲਟੀ 'ਤੇ ਕਰਦੇ ਨੇ ਕਦੇ ਸਨਰੂਫ ਨਹੀਂ ਦਿੱਤਾ ਛੇਤੀ ਕੀਤਾ ਫੋਰਚੂਨਰ 'ਚ ਸਨਰੂਫ ਨਹੀਂ ਦਿੱਤਾ ਕਦੇ ਨਹੀਂ ਦਿੰਦੇ ਬੇਸਿਕ ਫੰਕਸ਼ਨ ਸਾਰਿਆਂ ਨੂੰ ਪਹਿਲਾਂ ਕਦੇ ਉਹ ਪਿਕਅਪ 'ਤੇ ਧਿਆਨ ਨਹੀਂ ਬਹੁਤਾ ਦਿੰਦੇ ਉਹਨਾਂ ਨੇ ਕੀ ਚੀਜ਼ 'ਤੇ ਧਿਆਨ ਦੇਣਾ ਲਾਈਫ 'ਤੇ ਰਿਲਾਇਬਿਲਟੀ 'ਤੇ ਫੋਰਚੂਨਰ ਆ 5-5, 7-7 ਲੱਖ ਨੋਰਮਲ ਜੀ ਗੱਲ ਆ ਇਨੋਵਾ ਦੀ 5 ਕੁ ਲੱਖ ਤੱਕ ਪ੍ਰਵਾਹ ਨਹੀਂ ਕਰਦੀ ਫੋਰਚੂਨਰ ਵੀ ਨਹੀਂ ਕਰਦਾ 5 ਲੱਖ ਕਿਉਂ ਨਹੀਂ ਕਰਦਾ ਹੁਣ ਇਹਦੇ ਮੁਕਾਬਲੇ BM ਨੂੰ ਮਿਲਾਓ ਤਾਂ ਕਦੇ ਨਹੀਂ ਚੱਲਦੀ ਆਊਡੀ ਕਦੇ ਨਹੀਂ ਚੱਲਦੀ ਕਿਉਂ ਨਹੀਂ ਚੱਲਦੀ ਉਹਨਾਂ ਦਾ ਬੇਸ ਅਲੱਗ ਹੈ ਉਹਨਾਂ ਨੇ ਪਿਕਅਪ ਦੇਖਣੀਆਂ PS ਦੇਖਣੀਆਂ ਜਾਨ ਦੇਖਣੀਆਂ ਨੈਕਸਟ ਲੈਵਲ ਫੰਕਸ਼ਨ ਲਾਉਣੇ ਨੇ ਸਨ ਰੂਫ ਪੈਨਾਰੋਮਿਕ ਟੱਟੂ ਨੋਮਿਕ ਫਲਾਣਾ ਨੋਮਿਕ ਬ੍ਰੇਕ ਹੈ ਉਹਨਾਂ ਦੀ ਪਾਲਿਸੀ ਕੀ ਆ ਕਿ ਗਾਹਕ ਸਾਡੇ ਕੋਲ ਰਹਿ ਟੋਇਟਾ ਦੀ ਅਲੱਗ ਆ ਇੱਦਾਂ ਹੀ ਟਰੈਕਟਰਾਂ 'ਚ ਆ ਜੂ ਹੁਣ ਸਵਰਾਜ ਜੀ ਐਂ ਨਹੀਂ ਕਰਦਾ ਕਿਉਂ ਨਹੀਂ ਕਰਦਾ ਸਵਰਾਜ ਜਦੋਂ ਸ਼ੁਰੂ ਹੋਇਆ ਸੀ ਰਸ਼ੀਆ ਗਿਆ ਸੀ ਪਹਿਲਾ ਵਫਦ ਰਸ਼ੀਆ ਜਾ ਕੇ ਸਵਰਾਜ ਦੀ ਜਿਹੜੀ ਟੈਕਨੋਲੋਜੀ ਹੈ ਰਸ਼ੀਅਨ ਜਿਹੜਾ ਆਪਣੇ ਬੇਲਾਰੂਸ ਹੁੰਦਾ ਸੀ ਬਿਲਾਰਸ ਹੁੰਦੇ ਸੀ ਇਹ ਰਸ਼ੀਅਨ ਦੀ ਇੱਕ ਤਰ੍ਹਾਂ ਦੀ ਰਿਵਰਸ ਇੰਜੀਨੀਅਰਿੰਗ ਕਹਿ ਸਕਦੇ ਹਾਂ ਇਹਨੂੰ ਆਪਾਂ ਮਤਲਬ ਇੱਕ ਤਰ੍ਹਾਂ ਦਾ ਉੱਦਾਂ ਦਾ ਹੀ ਸਾਰਾ ਇਹਨਾਂ ਦਾ ਬੇਸ ਉਹ ਆ ਜਿੱਦਾਂ ਦਾ ਰਸ਼ੀਅਨ ਦਾ ਸੀ ਵੀ ਮਤਲਬ ਰਿਲਾਇਬਲ ਟਰੈਕਟਰ ਬਣਾਈਏ ਰਿਪੇਅਰ ਨਾ ਹੋਵੇ ਸਮਾਲ ਸਾਰਾ ਸਿੰਪਲ ਵੀ ਰੱਖੀਏ ਕੰਮ ਵੀ ਇੱਦਾਂ ਕਰੇ ਹੁਣ ਜੌਂਡੀਅਰ ਦਾ ਅਲੱਗ ਉਹ ਵਲੈਤੋਂ ਆਇਆ ਬ੍ਰੇਕ ਹੁਣ ਕਈ ਬੰਦੇ ਕਹਿੰਦੇ ਬ੍ਰੇਕ ਜੌਂਡੀਅਰ ਵਰਗੇ ਹੈ ਹੀ ਨਹੀਂ ਕਿਸੇ ਦੇ ਜੌਂਡੀਅਰ ਵਰਗਾ ਬੈਲੈਂਸ ਨਹੀਂ ਕਿਸੇ ਦਾ ਪਰ ਜਿੱਥੋਂ ਆਇਆ ਉੱਥੇ ਐਗਰੀਕਲਚਰ ਮਸ਼ੀਨਰੀ ਅਤੇ ਐਮਿਸ਼ਨ ਨੋਰਮਸ ਸ਼ਾਇਦ ਹੁਣ ਲਾਗੂ ਹੋ ਗਏ ਹੁਣ ਅਮੈਰੀਕਾ 'ਚ ਕੋਈ ਹੈ ਹੀ ਨਹੀਂ ਸੀ ਜੌਂਡੀਅਰ ਕੋਲ ਟੈਕਨੋਲੋਜੀ ਹੋਣੀ ਐਮਿਸ਼ਨ 'ਤੇ ਕੰਮ ਕਰਨ ਦੀ ਇਸੇ ਕਰਕੇ ਹੁਣ ਬਹੁਤ ਨੇ ਲਾਟ ਮਾਰਨੀਆਂ ਮਾਰੀ ਜਾਣ ਮੈਂ ਨਹੀਂ ਕਹਿਣਾ ਹਟਦਾ ਜੋ ਮੈਂ ਕਹਿਣਾ ਹੀ ਆ ਅੱਜ ਤੱਕ ਜੌਂਡੀਅਰ ਕਿਉਂ ਨਹੀਂ ਤੂੰ ਮਾਰਨ ਨੂੰ ਹਟਦਾ 50 ਪਾਵਰ ਦਾ ਟਰੈਕਟਰ ਵੀ ਇੰਡੀਆ 'ਚ ਮਸਾਂ ਮਿਸ਼ਨ 'ਚ ਪਾਸ ਹੁੰਦਾ ਇਹ ਅਮੈਰੀਕਨ ਇਕੱਲੀ ਚੀਜ਼ 'ਚ ਜੌਂਡੀਅਰ 'ਚ ਨਹੀਂ ਪ੍ਰੋਬਲਮ ਫੋਰਡ ਇਸੇ ਕਰਕੇ ਪਿੰਡ ਛੱਡ ਕੇ ਭੱਜੀ ਆ ਐਮਿਸ਼ਨ ਨੋਮਸ ਤੋਂ ਦੁਖੀ ਹੋ ਕੇ ਇਹ ਉਹ 'ਚ ਘਾਟ ਹੈ ਬ੍ਰੇਕ ਉਹਦੇ ਵਰਗੇ ਹੈ ਨਹੀਂ ਲਿਫਟ ਦੀ ਇਜਾਦ ਮੈਸੀ ਨੇ ਕੀਤੀ ਸੀ ਹੈਰੀ ਵੀਰੇ ਨੇ ਹੁਣ ਐਂ ਕਹਿ ਦਿਓ ਵੀ ਲਿਫਟਾਂ ਸਾਰੇ ਲਾ ਕੇ ਸਿੱਟ ਦਿਓ ਤਾਂ ਮੈਸੀ ਨੇ ਕਾਢ ਕੱਢੀ ਸੀ ਲੈਟ ਮੀ ਵੈਰੀ ਕਲੀਅਰ ਕਈ ਵਾਰ ਗੁਰੂ ਤੋਂ ਚੇਲਾ ਅੱਗੇ ਹੋ ਜਾਂਦਾ ਕੋਈ ਜ਼ਰੂਰੀ ਨਹੀਂ ਜਹਾਜ਼ ਰਾਈਟ ਬ੍ਰਦਰਸ ਨੇ ਬਣਾਇਆ ਸੀ ਅੱਜ ਤਾਂ ਬੋਇੰਗ ਖਿੱਚੀ ਫਿਰਦਾ ਇਹ ਬੰਦੇ ਦੀ ਮਿਹਨਤ ਹੁੰਦੀ ਆ ਆਜ਼ਾਦ ਕਰਦਾ ਅਗਲਾ ਉਹਦਾ ਮਾਣ ਸਨਮਾਨ ਹੋਣਾ ਚਾਹੀਦਾ ਪਰ ਜਿਹਨੇ ਅੱਗੇ ਮਿਹਨਤ ਕਰੀ ਉਹ ਵੀ ਬੰਦਾ ਹੀ ਹੁੰਦਾ ਕਿੱਥੇ ਨੇ ਰਾਈਟ ਬ੍ਰਦਰਸ ਅੱਜ ਬੋਇੰਗ ਏਅਰਬੱਸ ਲੋਕਹੀਡ ਮਾਰਟਿਨ ਕਾਹਤੇ ਅਮੈਰੀਕਨ ਅੱਗੇ ਆ ਗਏ ਪੀਜ਼ਾ ਇਟਲੀ ਨੇ ਬਣਾਇਆ ਬਿਜ਼ਨਸ ਉਹਨੂੰ ਕਿਹੜਾ ਘੜੀਸੀ ਫਿਰਦਾ ਅਮੈਰੀਕਾ ਇਹ ਗੱਲਾਂ 'ਚੋਂ ਬਾਹਰ ਨਿਕਲਿਆ ਉਹ ਇਹ ਜਿਹੜੀਆਂ ਬੂਝੜ ਬਿੱਜੂ ਗੱਲਾਂ ਨੇ ਮੈਂ ਇਹਨੂੰ ਬਾਰੇ ਹੀ ਨਹੀਂ ਖਾਂਦੀਆਂ ਇਸੇ ਕਰਕੇ ਹਰ ਕੰਪਨੀ ਦਾ ਆਪਣਾ ਬੇਸ ਹੈ ਮੈਸੀ ਲਿਫਟ 'ਚ ਮਸ਼ਹੂਰ ਹੈ ਹੁਣ ਇੱਕ ਗੱਲ ਹੋਰ ਹੈ ਮੈਸੀ ਨੇ ਸਭ ਤੋਂ ਪਹਿਲਾਂ ਐਪੀਸਾਈਕਲ ਗੇਅਰ ਦੀ ਇਜਾਦ ਕੀਤੀ ਜਿਹੜਾ ਫੋਰਡ 4600-6600 'ਚ ਆਉਂਦਾ ਹੁੰਦਾ ਸੀ ਉਹ ਫਰਗੂਸ਼ਨ ਦਾ ਬਣਿਆ ਹੋਇਆ ਸੀ ਇਹਨਾਂ ਤੋਂ ਲਿਆ ਸੀ ਉਹਨਾਂ ਨੇ ਸਭ ਤੋਂ ਪਹਿਲਾਂ ਐਪੀਸਾਈਕਲ ਇੱਕ ਸਿਸਟਮ ਹੈ ਮੈਸੀ ਨੇ ਇਜਾਦ ਕੀਤਾ ਈਵਨ ਕਿ ਟਰੱਕਾਂ ਟਰੁੱਕਾਂ 'ਚ ਬਾਅਦ 'ਚ ਆਇਆ ਸਾਰਿਆਂ 'ਚ ਫਿਰ ਹੁਣ ਇਹਦਾ ਮਤਲਬ ਇਹ ਆ ਕਿ ਵੀ ਮੈਸੀ ਦਾ ਐਪੀਸਾਈਕਲ ਸਭ ਤੋਂ ਬੈਸਟ ਆ ਭੋਰਾ ਵੀ ਨਹੀਂ ਕਰਾਰੋ ਨੰਬਰ ਚੱਕ ਗਿਆ ਇਹ ਡਿਪੈਂਡ ਕਰਦਾ ਵੀ ਗੁਰੂ ਤੋਂ ਚੇਲਾ ਅੱਗੇ ਲੰਘ ਜਾਂਦਾ ਇਹ ਗੱਲਾਂ ਇਹ ਕਿਸੇ ਦੇ ਪਿਓ ਦੀ ਜ਼ਗੀਰ ਨਹੀਂ ਜਿਹੜਾ ਮਿਹਨਤ ਕਰੂਗਾ ਉਹ ਅੱਗੇ ਆਊਗਾ ਹੁਣ ਕੋਈ ਕਹੀ ਜਾਂਦਾ ਸਵਰਾਜ ਐਂ ਨਹੀਂ ਕਰਦਾ ਉਹ ਨਹੀਂ ਕਰਦਾ ਹੁਣ ਮਹਿੰਦਰਾ ਉਹ 4 ਸਿਲੰਡਰ ਇੰਜਨ ਰੱਖਦਾ ਉਹਨਾਂ ਦਾ ਬੇਸ ਹੈ ਕੋਈ ਕੰਪਨੀ ਕਦੇ ਵੀ ਆਪਣਾ ਬੇਸ ਨਹੀਂ ਛੇੜਦੀ ਕਿਉਂ ਨਹੀਂ ਛੇੜਦੀ ਉਸੇ ਰੀਜ਼ਨ ਕਰਕੇ ਉਹਦੇ 'ਤੇ ਨਾਲ ਲੋਕ ਜੁੜੇ ਹੋਏ ਨੇ ਮੈਸੀ ਨੂੰ ਲਿਫਟ ਕਰਕੇ ਪਸੰਦ ਕੀਤਾ ਜਾਂਦਾ ਗਰਾਊਂਡ ਕਲੀਅਰੈਂਸ ਬਹੁਤ ਘੱਟ ਆ ਸੈਂਟਰ ਆਫ ਗ੍ਰੈਵਿਟੀ ਕਹਿ ਦਿੰਦੇ ਨੇ ਜਿਹਨੂੰ ਨੀਵਾਂ ਟਰੈਕਟਰ ਆ ਉਹਦਾ ਉੱਦਾਂ ਦਾ ਟੇਸਟ ਬਣਿਆ ਵਾ ਉਹਨੂੰ ਲੈਂਦੇ ਹੀ ਲੋਕ ਉਹਦੇ ਕਾਰਨ ਨੇ ਉਹ ਬੇਸ ਕਿਵੇਂ ਛੇੜ ਦੇਣ ਸਵਰਾਜ ਨੂੰ ਇਸ ਕਾਰਨ ਦੱਸਤਾ ਜੌਂਡੀਅਰ ਦਾ ਇਹ ਕਾਰਨ ਦੱਸਤਾ ਹਾਲੈਂਡ ਦਾ ਕੀ ਕਾਰਨ ਹੱਬ ਪ੍ਰੋਡਕਸ਼ਨ
ਪਰਫਾਰਮ ਵੱਧ ਕਰਦਾ ਉਹਨੂੰ ਉਸ ਕਰਕੇ ਲੈਂਦੇ ਨੇ ਟਰਾਲਾ ਕਿੰਗ ਕਹਿੰਦੇ ਨੇ ਕਿਵੇਂ ਲਾਹ ਦੇਣ ਹੁਣ ਤੁਸੀਂ ਕਹਿੰਦੇ ਹੋ ਗੂੰਗੂ ਕਰਦਾ ਕਿਵੇਂ ਉਹਦਾ ਹਾ ਪ੍ਰੋਡਕਸ਼ਨ ਲਾਉਣ ਉਹਨਾਂ ਦਾ ਬੇਸ ਹੀ ਉਹ ਆ ਉਹਨਾਂ ਕੋਲ ਟੈਕਨੋਲੋਜੀ ਉੱਦਾਂ ਦੀ ਹੈ ਕਿਸੇ ਦੀ ਇੱਦਾਂ ਕਾਪੀ ਨਹੀਂ ਹੁੰਦੀ ਆਈਫੋਨ ਨੂੰ ਇੱਕ ਮਿੰਟ 'ਚ ਅਗਲਾ ਕਾਪੀ ਕਰਕੇ ਬਣਾ ਦੇਵੇ ਪਰ ਲੈਬ ਵੀ ਨਹੀਂ ਬਣਦੀ ਬੀਮਰ ਸਾਰੀ ਨੈੱਟ 'ਤੇ ਪਈ ਆ ਖੋਲ੍ਹ ਕੇ ਖੰਡਾ ਦੇਵੇ ਐਂ ਵੀ ਨਹੀਂ ਪਤਾ ਵੀ ਗੇਅਰ ਨੂੰ ਟੈਂਪਰ ਕਿੱਦਾਂ ਦਿੰਦੇ ਆ ਟੈਕਨੋਲੋਜੀ ਚੋਰੀ ਕਰਨੀ ਬਹੁਤ ਹਾਰਡ ਚੀਜ਼ ਆ ਪਲੱਸ ਆਪਣਾ ਜਿਹੜਾ ਕਿਸੇ ਕੰਪਨੀ ਦਾ ਬੇਸ ਚੱਲ ਰਿਹਾ ਕੰਪਨੀ ਬੇਸ ਤੋਂ ਕਦੇ ਬਾਗੀ ਨਹੀਂ ਹੁੰਦੀ ਨਾ ਉਹ ਕਦੇ ਆਕੀ ਹੋਵੇ ਆਪਣੇ ਬੇਸ ਤੋਂ ਜਿਸ ਬੇਸ 'ਤੇ ਉਹ ਚੱਲ ਰਹੇ ਨੇ ਹੁਣ ਹਰ ਕੰਪਨੀ ਆ ਕਰਤਾਰ ਹੈ ਨਵੀਆਂ ਨੇ ਪ੍ਰੀਤ ਇੰਡੋ ਸਵਰਾਜ ਜਿੰਨੀਆਂ ਈਵਨ ਕਿ ਹੋਰ ਤੁਹਾਨੂੰ ਦੱਸ ਦੇਣ ਆਰ ਐਨ ਡੀ ਦੀ ਸੁਣ ਲਓ ਜੌਂਡੀਅਰ ਵੀ ਸਾਰੇ ਡੋਮੈਸਟਿਕ ਟਰੈਕਟਰ ਖੋਲ੍ਹੇ ਖੜ੍ਹੇ ਆ ਜੌਂਡੀਅਰ ਦੇ ਪਲਾਂਟ 'ਚ ਹੋਲੈਂਡ ਦੇ ਪਲਾਂਟ 'ਚ ਵੀ ਸਾਰੇ ਡੋਮੈਸਟਿਕ ਪਲਾਂਟ ਟਰੈਕਟਰ ਖੋਲ੍ਹੇ ਖੜ੍ਹੇ ਆ ਸਵਰਾਜ ਦੇ ਪਲਾਂਟ 'ਚ ਵੀ ਸਾਰੇ ਬਲੈਤੀ ਦੇਸੀ ਟਰੈਕਟਰ ਖੋਲ੍ਹੇ ਖੜ੍ਹੇ ਆ ਖੰਡਾਏ ਪਏ ਅੰਦਰ ਰੰਗ ਰੁੰਗ ਲਾਇਆ ਵਾ ਉਹਨਾਂ ਦਾ ਹਰ ਕੰਪਨੀ ਇਹ ਚੀਜ਼ ਕਰਦੀ ਆ ਤਾਂ ਕਿ ਸਾਨੂੰ ਪਤਾ ਲੱਗੇ ਅਸੀਂ ਆਪਣੇ ਆਪ ਨੂੰ ਸੁਧਾਰ ਕਰ ਸਕੀਏ ਦੂਜਾ ਕੀ ਕਰ ਰਿਹਾ ਇਹ ਕੰਪੀਟੀਸ਼ਨ ਆ ਕੰਮ ਆ ਬਿਜ਼ਨਸ ਹੈ ਪਰ ਕਦੇ ਕੰਪਨੀ ਉਹ ਕੰਮ ਕਰਦੀ ਆ ਜਿਹੜੀ ਦੂਜਾ ਕੰਪਨੀ ਕਰ ਰਹੀ ਆ ਕਦੇ ਨਹੀਂ ਕਰਦੀ ਹੁਣ ਮੈਨੂੰ ਇੱਕ ਗੱਲ ਦੱਸੋ ਜਿਹੜੇ ਜੌਂਡੀਅਰ ਬ੍ਰੇਕ ਲਾਉਂਦਾ ਕਿੰਨੀ ਬਿਊਟੀਫੁਲ ਚੀਜ਼ ਹੈ ਪਰ ਕਿਸੇ ਹੋਰ ਕੰਪਨੀ ਨੇ ਉਹ ਬ੍ਰੇਕ ਲਾਏ ਹਾਲਾਂਕਿ ਲਾਉਣਾ ਕੋਈ ਵੱਡੀ ਗੱਲ ਨਹੀਂ ਇੰਨਾ ਚਿਰ ਦਾ ਕੰਮ ਆ ਇੱਕ ਮਹੱਤੜ ਬੰਦਾ ਬ੍ਰੇਕ ਲਾ ਦੂਗਾ ਉਹ ਇੱਕ ਕੈਪਸੂਲ ਆ ਵਿੱਚ ਉਹਦੇ ਬਾਕੀ ਆਮ ਸਿੰਪਲ ਸਰਬਾ ਸਿਸਟਮ ਆ ਜਿਹੜਾ ਆਮ ਬ੍ਰੇਕ ਆਇਲ ਨਾਲ ਚੱਲਦਾ ਉਹਨਾਂ ਨੇ ਅੰਦਰਲੇ ਤੇਲ ਨਾਲ ਕਰਿਆ ਵਾ ਪਰ ਕਦੇ ਕੋਈ ਕੰਪਨੀ ਨਹੀਂ ਕਰਦੀ ਲੌਂਗ ਸਟ੍ਰੋਕ ਜਿਹੜੇ ਟਰੈਕਟਰ ਬਣਾਉਂਦੇ ਨੇ ਕਦੇ ਸ਼ੋਰਟ ਸਟ੍ਰੋਕ 'ਚ ਨਹੀਂ ਜਾਂਦੇ ਜਿਹੜਾ ਗੇਅਰ ਕੋਈ ਆਪ ਕੰਪਨੀ ਨੂੰ ਪਸੰਦ ਆ ਉਹ ਲਾਉਂਦੀ ਉਹ ਕਦੇ ਦੂਜੇ ਦਾ ਨਹੀਂ ਲਾਉਂਦੀ ਭਾਵੇਂ ਮਾੜੀ ਤੋਂ ਮਾੜੀ ਕੰਪਨੀ ਹੋਵੇ ਕਦੇ ਉਹ ਕਿਸੇ ਦੀ ਰੀਸ ਨਹੀਂ ਕਰਦੀ ਇਸੇ ਕਰਕੇ ਇੰਜਣ ਤੋਂ ਲੈ ਕੇ ਗੇਅਰ ਤੋਂ ਲੈ ਕੇ ਬ੍ਰੇਕਾਂ ਤੋਂ ਲੈ ਕੇ ਹਰ ਕੰਪਨੀ ਦਾ ਬੇਸ ਆ ਬੇਸ ਨਾਲ ਟੇਸਟ ਚੱਲਦਾ ਟੇਸਟ ਨਾਲ ਗਾਹਕ ਆ ਉਹਦਾ ਜੌਂਡੀਅਰ ਨੂੰ ਕਿਸ ਕੰਮ ਵਾਸਤੇ ਲਿਆ ਜਾਂਦਾ ਉਹ ਕਹਿੰਦੇ ਵੀ ਕੰਫਰਟੇਬਲ ਆ ਉਹਦਾ ਬੈਲੈਂਸ ਜ਼ਿਆਦਾ ਆ ਬ੍ਰੇਕ ਜ਼ਿਆਦਾ ਨੇ ਜ਼ਿਆਦਾ ਬ੍ਰੇਕਾਂ ਕਰਕੇ ਵਿਕਦਾ ਜੌਂਡੀ ਪਲੱਸ ਆਪਣੇ ਥੋੜ੍ਹਾ ਜਿਹਾ ਟ੍ਰੈਂਡ ਵੀ ਜ਼ਿਆਦਾ ਬਲੈਤੀ ਚੀਜ਼ਾਂ ਦਾ ਉਹ ਵੀ ਹੈਗਾ ਹੀ ਹੈਗਾ ਉਹ ਕਿਵੇਂ ਆਪਣੇ ਬੇਸ ਤੋਂ ਮੁਨਕਰ ਹੋਵੇ ਹੋਲੈਂਡ ਕਿਵੇਂ ਹੋਵੇ ਮੈਸੀ ਕਿਵੇਂ ਹੋਵੇ ਸਟੈਂਡਰਡ ਕਿਵੇਂ ਹੋਵੇ ਫੋਰਡ ਕਿਵੇਂ ਹੋਵੇ ਫਾਰਮ ਟਰੈਕ ਕਿਵੇਂ ਹੋਵੇ ਕੋਈ ਵੀ ਕਬੋਟਾ ਜੈਪਨੀਜ਼ ਆ ਉਹਦੇ ਵਾਲੀ ਚੀਜ਼ ਕੋਈ ਕੰਪਨੀ ਕਰ ਲਊਗੀ ਕਦੇ ਨਹੀਂ ਕਰ ਸਕਦੀ ਜਿਹੜਾ ਉਹਦੇ ਵਾਲੀ ਤਾਂ ਕਰ ਹੀ ਨਹੀਂ ਸਕਦੀ ਉਹ ਸਾਲੀ ਟੈਕਨੋਲੋਜੀ ਇੰਨੀ ਕ੍ਰਿਟੀਕਲ ਆ ਵੀ ਉੱਧਰ ਨੂੰ ਤੁਰਨਾ ਹੀ ਬਹੁਤ ਔਖਾ ਪਲੱਸ ਜੇ ਕੋਈ ਕੰਪਨੀ ਤੁਰ ਸਕਦੀ ਹੋਵੇ ਉਹ ਤੁਰਨਾ ਵੀ ਨਹੀਂ ਚਾਹੁੰਦੀ ਸਮਝ ਗਏ ਇਹ ਸੀ ਵੀਡੀਓ ਬੇਸ 'ਤੇ ਬੇਸ ਕੀ ਹੁੰਦਾ ਕੰਪਨੀ ਕਿਉਂ ਆਪਣੇ ਬੇਸ ਤੋਂ ਕਦੇ ਮੁਨਕਰ ਨਹੀਂ ਹੁੰਦੀ ਇਸੇ ਕਰਕੇ ਕਹਿੰਦਾ ਹੁੰਦਾ ਮੈਂ ਪਤਾ ਨਹੀਂ ਲੋਕਾਂ ਨੂੰ ਐਂ ਕਿਉਂ ਲੱਗੀ ਜਾਂਦਾ ਵੀ ਇਹ ਤਵਾ ਲਾਉਂਦਾ ਮੈਂ ਤਵਾ ਤੁਵਾ ਨਹੀਂ ਲਾਉਂਦਾ ਇਹ ਤਾਂ ਤੁਹਾਨੂੰ ਇਹ ਤਕਲੀਫ ਹੁੰਦੀ ਮੈਂ ਤਾਂ ਸਾਰਿਆਂ ਨਾਲ ਹੱਸਦਾ ਬੋਲਦਾ ਉੱਦਾਂ ਹੀ ਹੋਰ ਤਾਂ ਮੈਨੂੰ ਅੱਛਾ ਜਿਹੜੇ ਚੰਗੇ ਘਰਾਂ ਦੇ ਜਵਾਕ ਨੇ ਜਿਨ੍ਹਾਂ ਦੀਆਂ ਫੈਮਿਲੀਆਂ ਨੇ ਪਰਿਵਾਰਾਂ ਦਾ ਫਰਕ ਹੁੰਦਾ ਉਹ ਜੌਂਡੀਅਰ ਵਾਲੇ ਵੀ ਵੀਰ ਜੀ ਤੋਂ ਬਿਨਾਂ ਨਹੀਂ ਬੋਲਦੇ ਚੰਗੇ ਪਰਿਵਾਰਾਂ ਦੇ ਇਹ ਟਰੈਕਟਰਾਂ ਪਿੱਛੇ ਲੜਨਾ ਲੋਹੇ ਪਿੱਛੇ ਲੜਨਾ ਨਹਾਇਤ ਬੇਵਕੂਫੀ ਆ ਸਾਡਾ ਤਾਂ ਚੈਨਲ ਆ ਅਸੀਂ ਤਾਂ ਦੱਸਣਾ ਕਿਸੇ ਨੂੰ ਬੁਰੀ ਲੱਗਦੀ ਆ ਕਿਸੇ ਨੂੰ ਚੰਗੀ ਲੱਗਦੀ ਆ ਪੰਜਾਬ ਛੋਟਾ ਪਿਆਰ ਨਾਲ ਰਹੀਏ ਅੱਜ ਲਈ ਇੰਨਾ ਹੀ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ।